ਹਣੀ ਕਮਲੀਏ ਕੌਣ ਆਇਆ ਸੀ ਤੂੰ ਠਾਇਆ ਵੀ ਨਹੀਂ ਮੈਨੂੰ ਤੁਸੀਂ ਸੁੱਤੇ ਸੀ ਨਾ ਕਾਨ ਠਾਇਆ ਮੈਂ ਉਠਾ ਲੈਣਾ ਸੀ ਨਾ ਦੋ ਭਾਈ ਆਏ ਸੀ ਕਹਿੰਦੇ ਹਾਂਜੀ ਦੱਸੋ ਤੁਸੀਂ ਗੁੰਡੀ ਕੰਡੀ ਲਾਂਦੇ ਹੋ ਮੈਂ ਕਿਹਾ ਰੋਜ਼ ਗੁੰਡੀ ਲਾਂਦੇ ਹੋ ਅਸੀਂ ਤੇ ਕਹਿੰਦੇ ਸੱਚੀ ਲਾਂਦੇ ਹੋ ਮੈਂ ਕਿਹਾ ਹਾਂ ਰੋਜ਼ ਰਾਤ ਨੂੰ ਆਪਾਂ ਗੁੰਡੀ ਲਾਂਦੇ ਆ ਪਰ ਉਹਨੂੰ ਚਲੇ ਗਏ ਫਿਰ ਫੋਨ ਤੇ ਗੱਲ ਕਰਨ ਲੱਗ ਗਏ ਮੈਂ ਸੁਣ ਲਿਆ ਸੀ ਕਹਿੰਦੇ ਹਾਂ ਵੀ ਇੱਧਰ ਆ ਜਾਓ ਗੱਡੀ ਲੈ ਕੇ ਇਹ ਕਹਿੰਦੇ ਆਪਾਂ ਗੁੰਡੀ ਲਾਂਦੇ ਆ ਉਹ ਡੁੱਬ ਜੇ ਤੂੰ ਵੀ ਗੱਡੀ ਲੈਣ ਗਏ ਡੁੱਬ ਜੇ ਬਿਜਲੀ ਵਾਲੇ ਸੀਓ ਅਸੀਂ ਕਿਹੜੇ ਦਿਨ ਕੁੰਡੀ ਲਾਈ ਬਈ ਕੁੰਡੀ ਲਾਂਗੇ ਰੋਜ਼ ਉਹ ਗੱਡੀ ਲੈ ਕੇ ਆਣਗੇ ਝੂਟਾ ਦੇਣਗੇ ਹਾਏ ਹਾਏ ਉਹ ਬਿਜਲੀ ਵਾਲੇ ਸੀ ਆ ਕੁੰਡੀ ਦੀ ਗੱਲ ਨਹੀਂ ਕਰਦੇ ਮੈਂ ਕੁੰਡੀ ਦੀ ਗੱਲ ਕਰਦੇ ਆ ਜਿਹੜੀ ਬਿਜਲੀ ਵਾਲੀ ਕੁੰਡੀ ਲਾਈ ਦੀ ਏ ਬਿਜਲੀ ਵਾਲੀ ਤੇ ਨਹੀਂ ਕਿਹਾ ਉਹਨਾਂ ਨੇ ਕਿਹਾ ਸੀ ਕੁੰਡੀ ਅੱਲੇ ਤੇ ਮੈਂ ਉਹਨਾਂ ਨੂੰ ਕੁੰਡੀ ਲਾ ਕੇ ਦਿਖਾਉਣੀ ਸੀ ਐਵੇਂ ਪਹਿਲਾਂ ਹੀ ਗੱਡੀ ਲੈਣ ਚਲੇ ਗਏ ਹੁਣ ਲੈ ਕੇ ਆ ਹਾਂ ਲੈ ਕੇ ਆਣਗੇ ਅਸੀਂ ਕਿਹੜੇ ਦਿਨ ਕੁੰਡੀ ਲਾਈ ਏ ਹੈ ਰੋਜ਼ ਆ ਦੇਖੋ ਨਾ ਕੁੰਡੀ ਲਾਈ ਏ ਆ ਕੁੰਡੀ ਦੀ ਗੱਲ ਨਹੀਂ ਕਰਦੇ ਉਹਨਾਂ ਨੂੰ ਕੀ ਪਤਾ ਤੁਸੀਂ ਇਧਰ ਹੀ ਏ ਤੂੰ ਗੋਗੀ ਏ ਉਹਨਾਂ ਨੂੰ ਨਹੀਂ ਪਤਾ ਹੈਗਾ ਹੁਣ ਆਣਗੇ ਗੱਡੀ ਲੈ ਕੇ ਇੱਥੇ ਹਾਂ ਝੂਟਾ ਦੇਣ ਹਾਂ ਦੇਣਗੇ ਝੂਟਾ ਤੈਨੂੰ ਦੇਖਾ ਉਹਨਾਂ ਨੇ ਕਹਿੰਦੇ ਦਿਖਾਓ ਕਿੱਥੇ ਘੁੰਮ ਲੈਂਦੇ ਹੋ ਪਰ ਆਪਾਂ ਤਾਂ ਲਾਂਦੇ ਹੀ ਕੋਈ ਨਹੀਂ ਹਾਂ ਇਹ ਵਾਲੀ ਕੁੰਡੀ ਦੀ ਗੱਲ ਨਹੀਂ ਕਰਦੇ ਬਿਜਲੀ ਦੀ ਕੁੰਡੀਆਂ ਦੀ ਗੱਲ ਕਰਦੇ ਨੇ ਉਹ ਹੁਣ ਕੀ ਕਰਾਂ ਹੁਣ ਚੱਲ ਤੂੰ ਅੰਦਰ ਮੈਂ ਆਪੇ ਦੇਖ ਲਾਂਗੀ ਤਾਂ ਹੀ ਸਾਰੇ ਚੈੱਕ ਕਰ ਲਓ ਅਸੀਂ ਨਹੀਂ ਕਦੇ ਕੁੰਡੀ ਸੰਡੀ ਲਾਈ ਹੈਗੀ ਇਹ ਕੁੰਡੀ ਨਹੀਂ ਕਹਿੰਦੇ ਪਏ ਸੀ ਉਹ ਬਿਜਲੀ ਵਾਲੀ ਕਹਿੰਦੇ ਪਏ ਚੱਲ ਤੂੰ ਅੰਦਰ ਮੈਂ ਆਪੇ ਸੰਭਾਲ ਲਾਂਗੀ ਬਿਜਲੀ ਵਾਲੇ ਤੇ ਕੋਈ ਨਹੀਂ ਕਹਿਆ ਸੀ ਉਹਨਾਂ ਨੇ ਚੱਲ ਤੂੰ ਮੈਂ ਆਪੇ ਦੇਖ ਲਾਂਗੀ ਹਣੀ ਕਮਲੀਏ ਹਾਂਜੀ ਮੰਮੀ ਜੀ ਇਹ ਗਲਾਸੀਆਂ ਦੇ ਲਾ ਜਾ ਕੇ ਉਹਦਾ ਆਪਣਾ ਰੱਖੇ ਠੰਡਾ ਪੀ ਕੇ ਅੱਛਾ ਪੀ ਲੈ ਅੱਠੇ ਜੀ ਠੰਡਾ ਸਵਾਦ ਸੀ ਨਾ ਸਾਰਾ ਹੀ ਪੀ ਲਿਆ ਇਹਨਾਂ ਨੂੰ ਨਾ ਗਲਾਸੀਆਂ ਨੂੰ ਜਿਹੜੇ ਸ਼ਿੰਗ ਚ ਭਾਂਡੇ ਨੇ ਉਹ ਪਹਿਲਾਂ ਬਾਹਰ ਕੱਢ ਕੇ ਧਰ ਲਈ ਪਹਿਲਾਂ ਗਲਾਸੀਆਂ ਧੋ ਲਈ ਤੇ ਫਿਰ ਦੂਜੇ ਭਾਂਡੇ ਧੋਵੀ ਅੱਛਾ ਹੋਰ ਮੈਂ ਤੇ ਉੱਤੇ ਕੁਝ ਮਾਰ ਦੇ ਤੇ ਆਪਣਾ ਤੋੜ ਦੇ ਇਹਨੂੰ ਚਕਲਾ ਵੀ ਪਿਆ ਵਿੱਚ ਅੱਛਾ ਹਾਂ ਠੀਕ ਹੈ ਮੰਮੀ ਜੀ ਹਾਂ ਮੈਂ ਨਾ ਭਾਂਡੇ ਧੋਣ ਲੱਗੀ ਸੀ ਨਾ ਤੁਸੀਂ ਕਿਹਾ ਸੀ ਨਾ ਗਲਾਸ ਵਿੱਚ ਰੱਖ ਸਾਰੇ ਭਾਂਡੇ ਬਾਹਰ ਕੱਢ ਦੀ ਗਲਾਸ ਵਿੱਚ ਰੱਖ ਕੇ ਮੈਂ ਤਾਂ ਗਲਾਸ ਰੱਖ ਕੇ ਸਾਰੇ ਭਾਂਡੇ ਬਾਹਰ ਕੱਢਦੇ ਸੀ ਚਕਲਾ ਕੱਢੇ ਲੱਗੇ ਨਾ ਉੱਤੇ ਡਿੱਗ ਗਏ ਗਲਾਸਾਂ ਦੇ ਫਿਰ ਨਾ ਗਲਾਸ ਟੁੱਟ ਗਏ ਨੇ ਤੇ ਮੈਂ ਤੈਨੂੰ ਪਹਿਲਾਂ ਕੀ ਕਿਹਾ ਸੀ ਤੁਸੀਂ ਕਿਹਾ ਸੀ ਪਹਿਲਾਂ ਸਾਰੇ ਭਾਂਡੇ ਬਾਹਰ ਕੱਢ ਹਾਂ ਤੇ ਫਿਰ ਚਕਲਾ ਕਿਵੇਂ ਡਿੱਗ ਗਿਆ ਉੱਤੇ ਡਿੱਗ ਗਿਆ ਨਾ ਤੇ ਜੂ ਗਿਰ ਗਿਆ ਮੇਰੇ ਜਾ ਹੁਣ ਬਾਹਰ ਸੁੱਟਿਆ ਅੱਛਾ ਕਰਦਾ ਨੁਕਸਾਨ ਕੋਗੀ ਜੀ ਨਾ ਵੇ ਤੇ ਹਣੀ ਕਮਲੀਏ ਹਾਂਜੀ ਮੰਮੀ ਜੀ ਚਕਲਾ ਕਿੱਥੇ ਅੱਗ ਲਾਤਾ ਹੈ ਅੱਗ ਨਹੀਂ ਲਾਇਆ ਬਾਹਰ ਸੁੱਟੀ ਆਈ ਆ ਹਾਏ ਓਏ ਰੱਬਾ ਬਾਹਰ ਕਿੱਥੇ ਸੁੱਟ ਕੇ ਆਈ ਏ ਜਦ ਮੈਂ ਗਿਆ ਸੀ ਕੱਚ ਦੇ ਗਲਾਸ ਟੁੱਟ ਗਏ ਨੇ ਉੱਤੇ ਚਕਲਾ ਡਿੱਗ ਗਿਆ ਸੀ ਤੁਸੀਂ ਕਿਹਾ ਸੀ ਜਾਣ ਬਾਹਰ ਸੁੱਟਿਆ ਵੇ ਲੈ ਤੇ ਕੱਚ ਦੇ ਗਲਾਸ ਕਿੱਥੇ ਨੇ ਉੱਥੇ ਮੈਂ ਡੱਬੇ 'ਚ ਪਾ ਕੇ ਰੱਖਤੇ ਨੇ ਹਾਏ ਹਾਏ ਟੁੱਟੇ ਗਲਾਸਾਂ ਨੂੰ ਡੱਬੇ 'ਚ ਪੈਕ ਕਰਤਾ ਹੈ ਤੇ ਸਬੂਤਾ ਚਕਲਾ ਚੁੱਕ ਕੇ ਬਾਹਰ ਅੱਗ ਲਾਇਆ ਸੀ ਸੁੱਟ ਆਈ ਉਹਨੂੰ ਤੁਸੀਂ ਕਿਹਾ ਸੀ ਤੇ ਰੋਟੀਆਂ ਕਿੱਥੇ ਲਾਵਾਂ ਹੁਣ ਮੈਂ ਹਣੀ ਲਿਆ ਦੋ ਘੁੱਟ ਚਾਹ ਦੇ ਕਿੰਨਾ ਟਾਈਮ ਲਾ ਛੱਡਿਆ ਦੋ ਘੁੱਟ ਪੀਣੀ ਹੈ ਘੁੱਟ ਕਰਕੇ ਆ ਦੇ ਦੇ ਹੁਣ ਫਿਰ ਗਈ ਫਿਰ ਨਹੀਂ ਮੁੜਨਾ ਛੇਤੀ ਤੂੰ ਹਾਏ ਹਾਏ ਮੇਰਾ ਮੂੰਹ ਹੀ ਸੜ ਗਿਆ ਘੁੱਟ ਭਰ ਕੇ ਹੈ ਅੱਗੇ ਮੇਰਾ ਮੂੰਹ ਆਇਆ ਹੋਰ ਤਤੀ ਤਤੀ ਚਾਹ ਦੇਤੀ ਮੈਨੂੰ ਕਿੱਥੋਂ ਆਇਆ ਮੂੰਹ ਅੱਛਾ ਤਾਂ ਹੀ ਚਾਹ ਦੇਨੇ ਪਿਆ ਮੂੰਹ ਨੂੰ ਜਿਵੇਂ ਪ੍ਰੋਹਣੇ ਆਉਂਦੇ ਨੇ ਉਹਨਾਂ ਨੂੰ ਚਾਹ ਦਿੰਦੇ ਨੇ ਨਾ ਹਾਏ ਓਏ ਰੱਬਾ ਮੇਰਾ ਮੂੰਹ ਪੱਕਾ ਏ ਅੱਛਾ ਹਾਂ ਹੋ ਫਿਰ ਆ ਤੋੜ ਦੇ ਆ ਜਾ ਮੂੰਹ ਤੋੜ ਦੇ ਨਹੀਂ ਜਿਵੇਂ ਅਮਰੂਦ ਪੱਕਦੇ ਨੇ ਅਮਰੂਦ ਤੋੜ ਲੈਂਦੇ ਨੇ ਨਾ ਤੁਸੀਂ ਕਿ ਮੂੰਹ ਪੱਕਾ ਏ ਤੇ ਮੂੰਹ ਪੱਕ ਗਿਆ ਛਾਲੇ ਜੀ ਹੋ ਗਏ ਨੇ ਜਿਵੇਂ ਅੱਛਾ ਹੁਣ ਜਦੋਂ ਵੀ ਚਾਹ ਦੇਣੀ ਮੈਨੂੰ ਠੰਡੀ ਦੇਣੀ ਏ ਤੱਤੀ ਚਾਹ ਨਾ ਦੇਈ ਜਦ ਤੱਕ ਮੇਰਾ ਮੂੰਹ ਨਹੀਂ ਠੀਕ ਹੁੰਦਾ ਠੀਕ ਹੈ ਹਾਂ ਜੇ ਠੰਡੀ ਕਰਕੇ ਲਿਆ ਕੇ ਦੇ ਹੁਣ ਲੈ ਮੰਮੀ ਜੀ ਠੰਡੀ ਕਰਤੀ ਚਾਹ ਮੈਂ ਤੂੰ ਡੁੱਬ ਜੇ ਹਾਂਜੀ ਕਮਲੀਏ ਆ ਸ਼ਾਮ ਦੇ 5 ਵੱਜ ਗਏ ਨੇ ਚਾਹ ਨਹੀਂ ਬਣਾਈ ਚਾਹ ਬਣਾ ਲੈ ਫਟਾਫਟ ਠੰਡੀ ਕਰਕੇ ਦੇਈ ਠੰਡੀ ਕਰਕੇ ਪੀਣੀ ਹੈ ਚਾਹ ਬਣਾ ਵੀ ਲਈ ਏ ਹਾਏ ਹਾਏ ਠੰਡੀ ਸੀਤ ਚਾਹ ਜੀ ਕਿਹਾ ਸੀ ਸਵੇਰੇ ਜਦੋਂ ਵੀ ਮੈਨੂੰ ਚਾਹ ਦੇਣੀ ਨਾ ਠੰਡੀ ਕਰਕੇ ਦੇਣੀ ਹੈ ਮੈਂ ਤੇ ਉਦੋਂ ਹੀ ਫਿਰ ਇੱਕ ਗਲਾਸ ਬਣਾ ਕੇ ਰੱਖ ਲਈ ਸੀ ਮੈਂ ਕਿਹਾ ਜਦੋਂ ਮੰਗੋਗੇ ਨਾ ਤਾਂ ਸ਼ਾਮ ਨੂੰ ਤੱਕ ਤੇ ਠੰਡੀ ਹੋ ਗਈ ਹੋਏਗੀ ਉਹ ਹੀ ਦਿੱਤੀ ਫਿਰ ਮੈਂ ਤਾਂ ਹੀ ਮੈਂ ਕਿਹਾ ਚਾਹ 'ਚ ਮੁਸ਼ਕ ਵੀ ਆਂਦੀ ਪਈ ਨਾ ਠੰਡੀ ਸੀਤ ਚਾਹ ਹੈ ਲੈ ਜਾ ਚਾਹ ਕਮਲੀਏ ਹਾਂਜੀ ਮੰਮੀ ਜੀ ਕੀ ਕਰਨੀ ਵੀ ਮੰਮੀ ਜੀ ਆਗ ਖਾਣੀ ਪਈ ਆ ਦਾਲ ਧਰ ਲੈ ਠੀਕ ਹੈ ਆਂਦੀ ਧਰਨੀ ਹਾਂ ਮੈਨੂੰ ਆਂਦੀ ਦਾਲ ਧਰਨੀ ਹੈ ਨਾ ਹਾਂ ਦਾਲ ਧਰਨੀ ਮੈਨੂੰ ਆਂਦੀ ਗੈਸ ਤੇ ਧਰਨੀ ਹੈ ਗੈਸ ਤੇ ਧਰਨੀ ਹੈ ਹਾਂ ਡੱਬੇ ਚ ਧਰੀ ਨਾ ਨਹੀਂ ਇਹ ਤਾਂ ਡੱਬੇ ਚ ਧਰੀ ਨਾ
दिमाग सड़ गया तेरा सारी उम्र नी बननी दाल नहीं दमाग ना खा कुकर लिया फटाफट पा पानी दाल धर पे पिछो पहला कीतर ला लिये तुम तो अक दे कदू आ कदू कीतर ला चलो आईशा वा करो पिछे फिर आहो नारियल का टुकड़ा जो कि पता नहीं कदों दी है कोई भी मेनू जो क्रेविंग्स होंदियां ने कुछ खाने का मन करता है फ्रिज खोलो तो ओहदे विच आई पिया हुंदा है फिर मैं दी एक चक्की मार के रख दिंदी हां इस करके अद्धा हो गया है। उस तो बाद आने अगली चीज ते है जो कि है एदे विच तुसीं कुछ भी अनियन ते लेमन रख सकदे हो जे कट्टे होए क्योंकि फ्रिज च थोड़ी स्मेल हो जांदी है ते एदे विच तुसीं रख सकदे हो एक पासे अनियन एक पासे लेमन ते एदे विच आपां अनियन आले विच लेमन पाया होया अद्धा कट्टिया देसी गां दा देसी घ्यो है जेड़ा बिलकुल ही इजीली नहीं मिलदा मैं बंद कर दनी पहला फ्रिज कूलिंग निकल जानी सारी ते देसी गां दा देसी घ्यो
लोड़ ता पैदी हो कि मेनू ते मेरे भरा नूं एलर्जी दी दिक्कत थोड़ी जी ते किसे ने दस्या सी कि नक च देसी गां दा देसी घ्यो पाण नाल ठीक हुंदी है ते फिर आपां लै के आए सी बड़ी दूरू दी जाके ते आई नक बचिया तक। उस तो बाद असी आने नीचे वाले सैगमेंट दवाइया जी कुछ पाईया होईया ने मम्मी दियां ने कुछ मैनूं नहीं पता हैगा पोलियो पूलियो दियां ने शायद। उस तो बाद आने अस नीचे एरी ठंडे दी बोतल फ्री मिली है साड़ी मोजा लगिया ने ते ए वाली कोल्ड ड्रिंक की बोतल जेड़ी है जेड़ी मैं थोनू टोकरी दिखाई थी ओ हैम्पर ची आई थी हल तक खोली खोली है। उस तो बाद आंदा ए जी है खारा हुण तुसी कहोगे खान पीन दा प्रोग्राम हुंदा ना 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 साडे घर खान पीन दा प्रोग्राम नहीं हुंदा पीन दा प्रोग्राम नहीं हुंदा खान दा प्रोग्राम हुंदा है ते फिर खान करके ढिड जिहड़ा खराब हुंदा है ते फिर उहदे करके इह लैंदा होया है इहदे विच नमक पाओ नींबू पाओ ते पीजो ते गैस गूस दी प्रॉब्लम सब खलास। उस तो बाद आने अपन नीचे वाले पोर्शन ते एह साडा मैडिकल स्टोर सारिया दवाइया रखी हुई ने कोई कफ दी है उस तो बाद कोई लीवर दी दवाई है हां कोई डाइजेशन दी है कोई कुछ है अलग अलग तरह दिया सारिया दवाइया रखी हुई ने पोलोथीन विच कुछ है वे हां एच कॉफी दे पाउच रखे हुए ने अपा सारे कॉफी दे पाउच ते एक इनो साडे घर पेट सारा समान पेट खराब दा ही मिलेगा इनो सोडा डाइजेशन वाली दवाई पेट खराब दी दिक्कत थोड़ी ज्यादा रहती है। हुण आने असी मेन कंपार्टमेंट ते सब तो उपर ते हुंदा है बर्फ वाला खाना ते बर्फ वाले खाने विच ते बर्फ वाला डोंगा ते ट्रेन ट्रुआं जिहां पईआं हुंदीआं ने बर्फ जमाण वालीआं। उस तो बाद असी आने आ ए वाले पोर्शन ते खुला रहा थोड़ी देर सब तो पहला ए भी घ्यो मम्मी ने जोत वास्ते सूचा कढ के रखिया होना है। उस तो बाद कटोरी कटोरी में क्या है एदे विच पिया होया साग थोड़ा जिहा नेक्स्ट चीज एदे विच डोंगे विच ते आटा ही होएगा ते की देखना है। उस तो बाद आने उस नीचे वाले पोर्शन ते एदे विच रखे हुए ने सेब ते ਆਪਾਂ ਪਤਾ ਕੀ ਕਰਦੇ ਆ ਆਪਾਂ ਸਾਰੇ ਪੌਣੇ ਜਿਹੜੇ ਹੁੰਦੇ ਨੇ ਤੈਅ ਲਾ ਕੇ ਫਰਿੱਜ ਦੇ ਵਿੱਚ ਰੱਖ ਦਿੰਨੇ ਆ ਕਿਉਂਕਿ ਇਹ ਵੇ ਕਿ ਵਿੱਚ ਕੋਈ ਕੀੜੇ ਨਹੀਂ ਲੱਗਦੇ ਕੋਈ ਕੋਈ ਚੀਜ਼ ਚੜਦੀ ਨਹੀਂ ਹੈਗੀ ਮਤਲਬ ਕੀੜੇ ਮਕੌੜੇ ਚੜਦੇ ਨਹੀਂ ਆ ਛਿਪਕਲੀਆਂ ਵਗੈਰਾ ਤੇ ਆਪਾਂ ਪੌਣੇ ਸਾਰੇ ਨਾ ਵਿੱਚ ਰੱਖ ਦਿੰਨੇ ਆ। ਉਸ ਤੋਂ ਬਾਅਦ ਇਹਦੇ ਵਿੱਚ ਪਏ ਹੋਏ ਆ ਸੌਸ ਦੇ ਪਾਊਚ ਜਿਹੜੇ ਪੀਜ਼ਾ ਨਾਲ ਆਉਂਦੇ ਨੇ ਪੀਜ਼ਾ ਨਾਲ ਬਰਗਰ ਨਾਲ ਤੇ ਸਾਰੇ ਦੇ ਖਾਦੇ ਨਹੀਂ ਜਾਂਦੇ ਕਿੰਨੇ ਕਿੰਨੇ ਦੇ ਦਿੰਦੇ ਨੇ ਤੇ ਐਂ ਜਿਵੇਂ ਸੱਟੇ ਤਰਕਦੇ ਰਹਿੰਦੇ ਨੇ ਇੰਨੇ ਦਿਨਾਂ ਦੇ ਕੋਈ ਯੂਜ਼ ਹੀ ਨਹੀਂ ਹੁੰਦਾ ਇਹਨਾਂ ਦਾ। ਉਸ ਤੋਂ ਬਾਅਦ ਨੀਚੇ ਵਾਲੇ ਕੰਪਾਰਟਮੈਂਟ ਹੈ ਤੇ ਇਹਦੇ ਵਿੱਚ ਕੁਛ ਪਿਆ ਹੋਇਆ ਹੈ ਇਹ ਦਹੀਂ ਹੈ ਪਤਾ ਨਹੀਂ ਕੀ ਕੁਛ ਹੈਗਾ ਹੈ ਦਹੀਂ ਨਹੀਂ ਲੱਗ ਰਿਹਾ ਪਰ ਮੈਨੂੰ ਪਰ ਹੈ ਤੇ ਹੈ ਕੁਛ। ਉਸ ਤੋਂ ਬਾਅਦ ਇੱਕ ਕੋਲੀ ਪਿੱਛੇ ਵੀ ਛੁੱਪੀ ਹੋਈ ਹੈ ਤੇ ਇਹ ਵੇ ਪੰਜੀਰੀ ਜੀ ਉਹ ਜਿਹੜੀ ਘਿਓ ਕੱਢੋ ਤੇ ਉਸ ਤੋਂ ਬਾਅਦ ਜਿਹੜਾ ਨੀਚੇ ਮਟੀਰੀਅਲ ਰਹਿ ਜਾਂਦਾ ਉਹ ਵਾਲਾ ਹੈ। ਉਸ ਤੋਂ ਬਾਅਦ ਉਸ ਤੋਂ ਨੀਚੇ ਵਾਲੇ ਕੰਪਾਰਟਮੈਂਟ ਤੇ ਆ ਜਾਂਦੇ ਆ ਤੇ ਇਹ ਵੇ ਦੁੱਧ ਦੁੱਧ ਵੀ ਦੇਖ ਲਓ ਚੱਲ ਚਿੱਟਾ ਦੁੱਧ ਹੁੰਦਾ। ਉਸ ਤੋਂ ਬਾਅਦ ਇੱਕ ਹੋਰ ਚੀਜ਼ ਪਈ ਹੋਈ ਹੈ ਇਹਦੇ ਵਿੱਚ ਪਤਾ ਨਹੀਂ ਕੀ ਵੇ ਇਹਦੇ ਵਿੱਚ ਚਾਵਲ ਪਏ ਹੋਏ ਨੇ ਦੇਸੀ ਫੈਮਿਲੀ ਦੇ ਫਰਿੱਜ ਚ ਤੇ ਬਸ ਇਹੀ ਚੀਜ਼ਾਂ ਮਿਲਣਗੀਆਂ ਸਾਡੇ ਨਹੀਂ ਹੁੰਦੇ ਚੋਕਲੇਟਸ ਐਂਡ ਜੂਸਿਸ ਫਰੂਟੀਸ ਤੇ ਉਸ ਤੋਂ ਬਾਅਦ ਨੀਚੇ ਪਏ ਹੋਏ ਨੇ ਮਿਠਾਈ ਦੇ ਡੱਬੇ ਅੱਜ ਇੱਕ ਡੱਬਾ ਆਇਆ ਹੈ ਬਸ ਉਸ ਤੋਂ ਬਾਅਦ ਇਹ ਅਸੀਂ ਖੁਦ ਲੈ ਕੇ ਆਏ ਹਾਂ ਤੇ ਉਸ ਤੋਂ ਬਾਅਦ ਨੀਚੇ ਵਾਲੀ ਟੋਕਰੀ ਰਹਿ ਗਈ ਹੈ ਨਾ ਇੱਕ ਮਿੰਟ ਖੁੱਲ ਜਾ ਖੁੱਲ ਚੁੱਕੀ ਹੈ ਟੋਕਰੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਛੋਟੀ ਜਿਹੀ ਉਹਨਾਂ ਨੇ ਟੋਕਰੀ ਇੱਕ ਹੋਰ ਦਿੱਤੀ ਹੋਈ ਹੈ ਇਹਦੇ ਵਿੱਚ ਪਾਏ ਹੋਏ ਨੇ ਆਪਾਂ ਸਾਰੇ ਨਿੰਬੂ ਤੇ ਇਹ ਹੁਣ ਤੁਸੀਂ ਕਹੋਗੇ ਅਦਰਕ ਹੈ ਐਵੇਂ ਹਲਦੀ ਜਦੋਂ ਕੋਈ ਮਤਲਬ ਦਰਦ ਵਗੈਰਾ ਹੁੰਦਾ ਕਿਧਰੇ ਕੋਈ ਕਿਧਰੇ ਵੀ ਮਤਲਬ ਦਰਦ ਹੁੰਦਾ ਬੋਡੀ ਚ ਤੇ ਫਿਰ ਆਪਾਂ ਦੁੱਧ ਚ ਐ ਵਾਲੀ ਕੱਦੂਕਸ ਕਰਕੇ ਪਾ ਕੇ ਫਿਰ ਪੀ ਲੈਣੇ ਕਿਉਂਕਿ ਮਾਰਕੀਟ ਚ ਜਿਹੜੀ ਹਲਦੀ ਆਉਂਦੀ ਹੈ ਉਹ ਡੁਪਲੀਕੇਟ ਹੁੰਦੀ ਹੈ ਮਿਲਾਵਟੀ ਹੁੰਦੀ ਹੈ ਇਸ ਕਰਕੇ ਆਪਾਂ ਦਰਦ ਵਾਸਤੇ ਐ ਵਾਲੀ ਹਲਦੀ ਯੂਜ਼ ਕਰ ਲੈਂਦੇ ਹਾਂ ਕੱਦੂਕਸ ਕਰਕੇ ਪਾ ਕੇ। ਉਸ ਤੋਂ ਬਾਅਦ ਇਹਦੇ ਵਿੱਚ ਪਏ ਹੋਏ ਨੇ ਪਪੀਤਾ ਅੱਧਾ ਕੱਟਿਆ ਜਿਹਾ ਉਸ ਤੋਂ ਬਾਅਦ ਇਹਦੇ ਵਿੱਚ ਪਈ ਹੈ ਘੀਆ ਮਿਰਚਾਂ ਧਨੀਆ ਇਹਦੇ ਵਿੱਚ ਨੇ ਮਿਰਚਾਂ ਮੁਰਚਾਂ ਦੀਆਂ ਠੀਕ ਹੈ। ਉਸ ਤੋਂ ਬਾਅਦ ਇੱਥੇ ਹੀ ਸਾਡੇ ਫਰਿੱਜ ਦਾ ਟੂਰ ਜਿਹੜਾ ਹੈ ਖਤਮ ਹੋ ਜਾਂਦਾ ਹੈ
ਤੁਸੀਂ ਕਿਹੜਾ ਇਹਨੇ ਫ੍ਰਿਜ ਚ ਕੁਝ ਫੈਂਸੀ ਚੀਜ਼ ਤਾਂ ਦਿਖਾਈ ਹੀ ਨਹੀਂ, ਚੋਕਲੇਟਾਂ ਚੁਕਲੇਟਾਂ ਜੀਆਂ ਜਿਹੜੀਆਂ ਜਿਹੜੇ ਸ਼ਹਿਰੀਆਂ ਦੇ ਫ੍ਰਿਜਾਂ ਚ ਹੁੰਦੀਆਂ, ਜਿਹੜੇ ਸ਼ੇਖੀ ਵਾਲੇ ਹੁੰਦੇ ਸਨ, ਸ਼ੇਖੀ ਵਾਲੇ ਨਹੀਂ ਕਹਿ ਸਕਦੇ, ਮਤਲਬ ਕਿ ਜਿਹੜੇ ਮਤਲਬ ਉਹ ਹੁੰਦੇ ਨੇ ਜਿਹੜੇ ਕਿੰਨੀਆਂ ਕਿੰਨੀਆਂ ਚੀਜ਼ਾਂ ਲੈ ਕੇ ਰੱਖਦੇ ਨੇ। ਪਰ ਪਹਿਲਾਂ ਮੈਂ ਫ੍ਰਿਜ ਬੰਦ ਕਰਤਾ ਫਿਰ ਗੱਲ ਕਰਨੀ ਆ। ਕਈ ਹੁੰਦੇ ਨੇ ਜਿਵੇਂ ਕਿ ਸਾਡੇ ਵਰਗੇ ਦੇ ਘਰ ਵੀ ਚੀਜ਼ਾਂ ਆਉਂਦੀਆਂ ਨੇ, ਐਸੀ ਗੱਲ ਨਹੀਂ ਹੈ, ਪਰ ਜਿੰਨੇ ਆਖੇ ਅਸੀਂ ਹਾਂ ਸਾਡੇ ਘਰ ਇੱਕ ਦਿਨ ਤੋਂ ਜ਼ਿਆਦਾ ਕੋਈ ਚੀਜ਼ ਬਚ ਨਹੀਂ ਸਕਦੀ। ਭਾਵੇਂ ਕੋਈ ਚੋਕਲੇਟਾਂ ਚੋਕਲੇਟਾਂ ਗਿਫਟ ਚ ਮਿਲੀਆਂ ਸੀ ਤੇ ਦੋ ਦਿਨ ਮੁਸ਼ਕਲ ਨਾਲ ਕੱਢੀਆਂ ਹੋਣੀਆਂ ਨੇ ਉਹ, ਜਦੋਂ ਹਾਂ ਚੋਕਲੇਟਾਂ ਪਈਆਂ ਧਿਆਨ ਕੱਢੀ ਖਾ ਲਈ ਕੱਢੀ ਖਾ ਲਈ, ਮਤਲਬ ਸਮਾਨ ਆਉਂਦਾ ਏ ਹਲਕਿਆ ਤਰ੍ਹਾਂ ਅੰਦਰ ਜਾਂਦਾ ਹੈ ਪਰ ਕੁਛ ਬਚਦਾ ਨੀ ਹੈਗਾ ਹੈ। ਏਦਾਂ ਨੀ ਕਿ ਅਸੀਂ ਰੱਖ ਲਿਆ, ਹਾਂ ਠੀਕ ਹੈ ਚਲੋ ਥੋੜੀ ਦੇਰ ਬਾਅਦ ਖਾ ਲਾਂਗੇ, ਮੈਂ ਰੱਖਾਂਗੀ ਤੇ ਮੇਰਾ ਭਰਾ ਖਾ ਜਾਂਦਾ, ਮੇਰਾ ਭਰਾ ਰੱਖਦਾ ਤੇ ਮੈਂ ਖਾ ਜਾਂਦੀ ਹਾਂ, ਫਿਰ ਆਪਾਂ ਕਹਿੰਦੇ ਹਾਂ ਕਿ ਪਹਿਲਾਂ ਹੀ ਖਾ ਲਓ। ਤੇ ਮੈਨੂੰ ਦੱਸਿਓ ਕਿ ਸਾਡੇ ਫ੍ਰਿਜ ਦਾ ਟੂਰ ਤੁਹਾਨੂੰ ਕਿੱਦਾਂ ਦਾ ਲੱਗਿਆ, ਕਿਹੜੀ ਸਾਡੇ ਫ੍ਰਿਜ ਤੁਹਾਨੂੰ ਚੀਜ਼ ਅੱਛੀ ਲੱਗੀ। ਵੈਸੇ ਤਾਂ ਜ਼ਿਆਦਾ ਅੱਛੀ ਕੋਈ ਹੈ ਨਹੀਂ ਸੀ, ਹੈ ਵਧੀਆ ਪਰ ਠੀਕ ਹੈ ਫਿਰ ਵੀ। ਤੇ ਸਾਡੇ ਫ੍ਰਿਜ ਚ ਇੰਨਾ ਕੁਛ ਹੀ ਸੀ।